पहली पातशाह साहिब श्री गुरु नानक देव जी दे वल्लों चलाई गई लंगर दी प्रथा अज भी कायम है। चाहे गुरु घर होवे जा कोई कुदरती आफत जा कोई आंदोलन, सिख संगतां वल्लों वध चढ़ के लंगर दी अटूट सेवा निभाई जा रही है। दिल्ली विच चल रहे किसानी आंदोलन दे चलदियां पंजाब हरियाणा अते होर सूबियां तों इलावा NRI भरावां वल्लों जरूरत दे समान तों इलावा खाण पीण दीआं वस्तुआं तैयार करके किसान आंदोलन विच डटे लोकां लई भेजियां जा रहियां हन, जिस दी मिसाल तरन तारण पिंड नौशहरा पन्नुआ विखे देखण नूं मिली, जिथे चढ़दी कला सिख ऑर्गेनाइजेशन UK वल्लों पिंड वासियां दे सहयोग नाल दिल्ली आंदोलन विच डटे किसान भरावां लई मिठाइयां अते होर समान तैयार कीता जा रहा है। तरन तारण तों सरबजीत सिंह दी रिपोर्ट, लाइव भारत। ਜਿੰਦਰ ਸਿੰਘ ਹੈ ਜੀ। ਬਜਿੰਦਰ ਸਿੰਘ ਜੀ, ਜਿਹੜਾ ਇਹ ਲੰਗਰ ਤਿਆਰ ਕੀਤਾ ਜਾ ਰਿਹਾ ਹੈ, ਇਹ ਕੀ ਪਰਪਸ ਸਾਰਾ? ਇਹ ਜੀ ਚੜ੍ਹਦੀ ਕਲਾ ਸਿੱਖ ਔਰਗਨਾਈਜੇਸ਼ਨ UK ਵੱਲੋਂ ਤਿਆਰ ਹੋ ਰਿਹਾ, ਉਹਨਾਂ ਦੀ ਸੇਵਾ ਸਦਕਾ, ਪਿੰਡ ਦੇ ਸੰਯੋਗ ਸਦਕਾ, ਹੋਰ NRI ਵੀਰਾਂ ਦੇ ਪਿਆਰ ਸਦਕਾ, ਸਾਰਾ ਦਿੱਲੀ ਨੂੰ ਜਾਣ ਵਾਸਤੇ, ਉੱਥੋਂ ਦੀਆਂ ਸੰਗਤਾਂ ਨੂੰ ਛਕਾਉਣ ਵਾਸਤੇ ਸਾਰਾ ਤਿਆਰ ਹੋ ਰਿਹਾ ਜੀ। ਜਿਸ ਤਰ੍ਹਾਂ ਕਿ ਵੇਖਣ ਨੂੰ ਮਿਲ ਰਿਹਾ ਕਿ ਜਿਹੜੇ ਕਿ ਕਾਨੂੰਨ ਰੱਦ ਨਹੀਂ ਹੋ ਰਹੇ, ਦੱਸਿਆ ਜਾਂਦਾ 26 ਤਰੀਕ ਤੋਂ ਬਾਅਦ ਕਿ ਉੱਥੇ ਇਕੱਠ ਘੱਟ ਗਏ ਨੇ, ਕੀ ਕਹਿਣਾ ਚਾਹੁੰਦੇ? ਨਹੀਂ, ਉੱਥੇ ਕੋਈ ਇਕੱਠ ਨਹੀਂ ਘਟੇ। 26 ਜਨਵਰੀ 'ਤੇ ਜਿਸ ਤਰ੍ਹਾਂ ਮੋਦੀ ਦੇ ਵਿਆਹ 'ਤੇ ਸੰਗਤਾਂ ਸੱਦੀਆਂ ਸੀ, ਜਾਂਜੀ ਸੱਦੇ ਸੀ, ਉਹ ਜੰਜ ਅਕਸਰ ਨੂੰ ਥੋੜ੍ਹੀ ਬਹੁਤੀ ਜੰਜ 'ਤੇ ਵਾਪਸ ਆ ਹੀ ਜਾਂਦੀ ਆ। ਬਾਕੀ ਜਿਹੜੇ ਪਰਿਵਾਰ ਵਾਲੇ ਸੀ ਉਹ ਉੱਥੇ ਬੈਠੇ ਹੋਏ ਆ, ਉਹ ਸਾਰੇ ਬੈਠੇ ਆ। ਹੁਣ ਸੰਗਤਾਂ ਉਸ ਤੋਂ ਵੀ ਵੱਧ ਚੜ੍ਹ ਕੇ ਸੰਗਤਾਂ ਪਹੁੰਚ ਰਹੀਆਂ ਵਾ, ਉਹ ਵਿਖਾ ਰਹੀਆਂ ਸੰਗਤਾਂ ਵੀ ਅਸੀਂ ਇੱਥੇ ਬੈਠੇ ਹਾਂ ਅਤੇ ਰੱਦ ਕਰਾ ਕੇ ਇੱਥੋਂ ਵਾਪਸ ਮੁੜਾਂਗੇ। ਕਿਸਾਨਾਂ 'ਤੇ ਤਸ਼ੱਦਦ, ਉਹ ਤਾਂ ਉਹਨਾਂ ਦੀ ਮਰਜ਼ੀ ਹੈ, ਜੇ ਉਹ ਜਾਣ ਕੇ ਜਿਹੜੇ ਉਹਨਾਂ ਨੇ ਗੁੰਡੇ ਛੱਡੇ ਆ, ਉਹ ਗੁੰਡੇ ਚਾਹੁੰਦੇ ਆ ਵੀ ਇੱਥੇ ਥੋੜ੍ਹਾ ਬਹੁਤਾ ਹੱਲਾ ਗੁੱਲਾ ਕੀਤੇ ਆ, ਸ਼ਾਇਦ ਇੱਥੋਂ ਕਿਸਾਨ ਜਥੇਬੰਦੀਆਂ ਜਾਂ ਹੋਰ ਵੀ ਜਿੰਨੇ ਕਿਸਾਨ ਮਜ਼ਦੂਰ ਉੱਥੇ ਗਏ ਆ, ਇਹ ਥੋੜ੍ਹਾ ਬਹੁਤਾ ਕਿਨਾਰਾ ਕਰ ਜਾਣ, ਪਰ ਉਹਨਾਂ ਦੇ ਇਸ ਪਰਪਸ ਨਾਲ ਕੋਈ ਉੱਥੋਂ ਹੱਲ ਨਹੀਂ ਹੋਊਗਾ। ਕੀ ਮੰਨਦੇ ਤੁਸੀਂ, ਕਾਨੂੰਨ ਰੱਦ ਹੋ ਕਰਵਾ ਕੇ ਹੀ ਸਾਰਾ ਕੋਈ ਕਿਸਾਨ ਹਟਣਗੇ ਜੀ? 6 ਮਹੀਨੇ ਤੋਂ ਉੱਪਰ ਹੋ ਗਿਆ ਸੰਗਤਾਂ ਨੂੰ ਬੈਠਿਆਂ ਨੂੰ, ਉਹ ਸੰਗਤਾਂ 'ਤੇ ਜੋ ਵੀ ਕਿਸਾਨ ਮਜ਼ਦੂਰ ਆ ਉਹ ਤਾਂ ਇਸੇ ਚੀਜ਼ 'ਚ ਆ ਵੀ ਰੱਦ ਕਰਾ ਕੇ ਹਟਣਾ, ਅਤੇ ਉਹਨਾਂ ਦਾ ਇਰਾਦਾ ਦ੍ਰਿੜ ਆ, ਉਹਨਾਂ ਰੱਦ ਕਰਾ ਕੇ ਹੀ ਹਟਣਗੇ। ਗੁਰਭੇਜ ਸਿੰਘ ਜੀ, ਜਿਹੜਾ ਇਹ ਲੰਗਰ ਤਿਆਰ ਕੀਤਾ ਜਾ ਰਿਹਾ, ਇਹ ਕੀ ਪਰਪਸ ਸਾਰਾ ਜੀ? ਇਹ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ UK ਵੱਲੋਂ ਤਿਆਰ ਕੀਤਾ ਗਿਆ, ਪਿੰਡ ਦੇ ਸੰਯੋਗ ਨਾਲ, ਸਾਰੇ ਕਿਸਾਨ ਵੀਰਾਂ ਦਾ ਸੰਯੋਗ ਆ ਜੀ ਇਹਦੇ 'ਚ, ਅਤੇ ਮਤਲਬ ਵੱਧ ਤੋਂ ਵੱਧ ਅੰਦੋਲਨ 'ਚ ਲੰਗਰ ਲੈ ਕੇ ਜਾਈਏ। ਦਿੱਲੀ ਦੇ ਵਿੱਚ ਵੇਖਣ ਨੂੰ ਮਿਲਿਆ ਕਿ ਪਾਣੀ ਬੰਦ ਕਰਤਾ, ਬਿਜਲੀ ਬੰਦ ਕਰਤੀ, ਕਿ ਕਿਸਾਨਾਂ ਨੂੰ ਕਿਸੇ ਤਰੀਕੇ ਭੁੱਖਿਆ ਰੱਖਿਆ ਜਾਏ, ਕੀ ਮੰਨਦੇ ਜੀ? ਜੋ ਮਰਜ਼ੀ ਕਰ ਲੈਣ, ਕਿਸਾਨਾਂ ਨੂੰ ਕੁਛ ਨਹੀਂ ਇਹ ਕਰ ਸਕਦੇ, ਕਿਸਾਨ ਗਿੱਝੇ ਹੋਏ ਆ ਇਹ ਔਕੜਾਂ ਵਿੱਚ, ਕੋਈ ਗੱਲ ਨਹੀਂ ਉਹਨਾਂ ਨੂੰ, ਇਹ ਮਾਮੂਲੀ ਗੱਲਾਂ ਉਹਨਾਂ ਵਾਸਤੇ। ਇਹਦੇ ਸਰਕਾਰ ਇੱਕ ਹਾਰ ਦਾ ਪ੍ਰਤੀਕ ਆ, ਕਿ ਮਤਲਬ ਉਹਨਾਂ ਦੀ ਹਾਰ ਆ ਜਿਹੜੀ, ਉਹ ਇਸ ਤਰ੍ਹਾਂ ਹੁਣ ਕਰਨ ਦੀ, ਅਸਲੋਂ ਹੀ ਹੁਣ ਤਾਂ ਪਤਾ ਲੱਗ ਰਿਹਾ ਕਿ ਇਹ ਕਿਹੜੀਆਂ ਕੋਝੀਆਂ ਚਾਲਾਂ 'ਤੇ ਆਈ ਹੋਈ ਸਰਕਾਰ। ਕੁਝ ਮੀਡੀਆ 'ਚ ਦੱਸਿਆ ਜਾ ਰਿਹਾ ਕਿ ਕਿਸਾਨ ਵਾਪਸ ਆ ਗਏ? ਨਹੀਂ ਜੀ, ਕੋਈ ਵਾਪਸ ਨਹੀਂ ਆਏ, 26 ਨੂੰ ਗਏ ਸੀ, ਉਹ ਫਿਰ ਕੁਛ ਵਾਪਸ ਆ ਗਏ, ਮਤਲਬ ਉਹਨਾਂ ਵਿੱਚ ਆਉਣਾ ਸੀ, ਉਦੋਂ ਰੰਗਤ ਸੀ, ਕੋਈ ਇਹੋ ਜਿਹੀ ਗੱਲ ਨਹੀਂ ਵਾਪਸ ਆਉਣ ਵਾਲੀ। ਹੁਣ ਕਿੰਨਾ ਕੁ ਉਤਸ਼ਾਹ ਹੈਗਾ ਵਾ? ਬਹੁਤ ਜ਼ਿਆਦਾ ਜੀ, ਇਸ ਤੋਂ ਵੱਧ ਤੁਹਾਨੂੰ ਉਤਸ਼ਾਹ ਮਿਲੂਗਾ, ਕਿਸਾਨ ਪਿੱਛੇ ਨਹੀਂ ਹਟਣਗੇ ਕਿਸੇ ਚੀਜ਼ ਤੋਂ, ਰੱਦ ਕਰਾ ਕੇ ਹੀ ਵਾਪਸ ਆਉਣਗੇ। ਤੁਸੀਂ ਪਿੰਡਾਂ 'ਚ ਜਾ ਰਹੇ ਜੀ? ਹਾਂਜੀ, ਅਸੀਂ ਬਹੁਤ, ਕੱਲ੍ਹ ਨੂੰ 50 ਗੱਡੀਆਂ ਦਾ ਕਾਫਲਾ ਲੈ ਕੇ ਜਾ ਰਹੇ ਜੀ। ਬੇਔਲਾਦ ਜੋੜਿਆਂ ਦੇ ਲਈ ਵਰਦਾਨ ਮੈਡੀਕੋਮ ਆਯੁਰਵੈਦਿਕ ਸੈਂਟਰ ਅੰਮ੍ਰਿਤਸਰ। ਗਰਭ ਦਾ ਨਾ ਠਹਿਰਨਾ, ਜਿਹੀਆਂ ਬਿਮਾਰੀਆਂ ਦਾ ਸ਼ਰਤੀ ਇਲਾਜ। ਚੌਦਾਂ ਸੇ ਲੈ ਕੇ 16% ਤੱਕ ਜੋ ਨਈ ਜਨਰੇਸ਼ਨ ਕੇ ਕਪਲਸ ਹੈ ਵੋ ਇਨਫਰਟਾਈਲ ਹੈ, ਕਿਉਂਕਿ ਉਨਕਾ ਖਾਣਾ ਪੀਣਾ, ਰਹਿਣ ਸਹਿਣ, ਇਨਐਕਟਿਵ ਲਾਈਫ ਸਟਾਈਲ ਇਸਮੇ ਬੜਾ ਰੋਲ ਪਲੇ ਕਰਤਾ ਹੈ। ਔਰ ਬੇਸਿਕਲੀ ਆਜ ਕੀ ਡੇਟ ਮੇ 50-60% ਲੋਕ ਜੋ ਮਾਂ ਬਾਪ ਨਹੀਂ ਬਣ ਪਾ ਰਹੇ, ਵੋ ਸਿਰਫ ਇਸੀ ਵਜ੍ਹਾ ਸੇ ਹੈ ਕਿ ਉਸਮੇ ਇੱਕ ਬਹੁਤ ਬੜਾ ਫੈਕਟਰ ਹੈ, ਇਨਐਕਟਿਵ ਖਾਣ ਪਾਣ ਕੀ ਵਜ੍ਹਾ ਸੇ ਸਪਰਮਸ ਕਾਊਂਟਿੰਗ ਕੀ ਕਮੀ ਹੋਣਾ। ਨਿਰਾਸ਼ ਹੋ ਚੁੱਕੇ ਜੋੜੇ ਇੱਕ ਵਾਰ ਜ਼ਰੂਰ ਸੰਪਰਕ ਕਰ ਮੈਡੀਕੋਮ ਆਯੁਰਵੈਦਿਕ ਸੈਂਟਰ ਅੰਮ੍ਰਿਤਸਰ।